ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਸ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ। ਅਸੀਂ ਆਏ ਹੋਏ ਹਾਂ ਇੰਗਲੈਂਡ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅਤੇ ਅੱਜ ਦਾ ਦਿਨ ਖਾਲੀ ਸੀਗਾ ਅਤੇ ਅੱਜ ਸੋਮਵਾਰ ਹੈ, ਅਤੇ ਥੋੜ੍ਹਾ ਜਿਹਾ ਮਨ ਕਰ ਰਿਹਾ ਸੀਗਾ ਕਿ ਕੁਛ ਸ਼ੋਪਿੰਗ ਕੀਤੀ ਜਾਏ। ਸ਼ੋਪਿੰਗ ਬੂਟ ਚਾਹੀਦੇ ਸੀਗੇ, ਸ਼ੂਜ਼, ਅਤੇ ਉਹ ਲੈਣ ਲਈ ਅੱਜ ਅਸੀਂ ਜਾ ਰਹੇ ਹਾਂ। ਅਤੇ ਮੈਨੂੰ ਵੀ ਚਾਹੀਦੇ ਸੀਗੇ, ਸਿਮਰਨ ਨੂੰ ਵੀ ਚਾਹੀਦੇ ਸੀਗੇ, ਜੇ ਅਮਨਜੋਤ ਨੂੰ ਪਸੰਦ ਆ ਗਏ ਤਾਂ ਅਮਨਜੋਤ ਵੀ ਲੈ ਲਏਗਾ। ਅਤੇ ਅਮਨ ਜੀ, ਜੀ ਮਹਾਰਾਜ, ਮੈਂ ਕਿਹਾ ਅਸੀਂ ਤਾਂ ਮੈਂ ਤਾਂ ਸਿਮਰਨ ਸ਼ੂਜ਼ ਲੈਣ ਜਾ ਰਹੇ ਹਾਂ। ਖਾਲਸਾ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਹਾ ਜੇ ਅਮਨਜੋਤ ਨੂੰ ਪਸੰਦ ਆ ਗਏ ਤਾਂ ਇਹਦਾ ਕੋਈ ਪਤਾ ਨਹੀਂ ਹੁੰਦਾ, ਇਹ ਸ਼ੋਪਿੰਗ ਦਾ ਬਹੁਤ ਇਹਦੇ ਅੰਦਰ ਨਾ ਕੀੜਾ ਬਹੁਤ ਹੈ। ਮੈਂ ਲੈਣਾ ਹੋਵੇ ਕੁਛ ਨਾ ਲੈਣਾ ਹੋਵੇ, ਪਰ ਮੈਂ ਜਾਣਾ ਜ਼ਰੂਰ ਹੁੰਦਾ। ਜਾਣਾ ਜ਼ਰੂਰ ਹੁੰਦਾ ਨਾ। ਚਲੋ ਆਪਾਂ ਚੱਲਦੇ ਹਾਂ, ਬਾਕੀ ਅਪਡੇਟਾਂ ਤੁਹਾਨੂੰ ਦਿੰਦੇ ਹਾਂ ਜੀ। ਚਲੋ ਸਿਮਰਨ ਜੀ, ਤੁਸੀਂ ਘਰੋਂ ਹੀ ਚੱਪਲ ਪਾ ਕੇ ਚੱਲੇ ਹੋ? ਨਹੀਂ, ਮੈਂ ਹਜੇ ਨਿਕਲਿਆ ਨਹੀਂ ਘਰੋਂ ਬਾਹਰ। ਹਾਂ, ਸ਼ੂਜ਼ ਲੈਣ ਚੱਲਾ ਸਿਮਰਨ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸਹੀ ਗਿਆ। ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਸੁਖਾ ਜੀ? ਵਧੀਆ ਜੀ, ਠੀਕ ਹੈ। ਇਹ ਕੈਮਰਾ ਹੋ ਰਿਹਾ? ਇਹ ਮਹਾਰਾਜ ਹੋਰ ਹੈ। ਅੱਛਾ, ਇਹ ਗੋਪਰੋ ਹੈ। ਕੀ ਇਹ ਵਧੀਆ ਨਾ ਨਿੱਕਾ ਜਿਹਾ ਸੋਹਣਾ? ਇਹਦਾ ਸਟੈਂਡ ਵੀ ਹੁੰਦਾ ਇੱਕ? ਮੈਂ ਤੁਹਾਨੂੰ ਦਿਖਾਉਣਾ ਗੋਪਰੋ। ਆਹ ਹੈ ਜੀ ਗੋਪਰੋ, ਨਿੱਕਾ ਜਿਹਾ। ਪਾ ਇਹਨੂੰ ਇੱਦਾਂ ਹੀ ਫੜੋ, ਇੱਦਾਂ ਬਲੌਗ ਬਣਾ ਲਓ ਇਹਦਾ। ਚਲੋ ਚਲਦੇ ਹਾਂ। ਇੱਥੇ ਵੈਦਰ ਦਾ ਕੁਛ ਨਹੀਂ ਪਤਾ ਹੁੰਦਾ, ਹੈਗੀ ਤਾਂ ਗਰਮੀ ਹੈ ਪਰ ਕਿਸੇ ਵੇਲੇ ਵੀ ਜੈਕਟ ਦੀ ਲੋੜ ਪੈ ਸਕਦੀ, ਤੋ ਆਲਵੇਜ਼ ਕੈਰੀ ਯੂ ਜੈਕਟ। ਮਿੰਟ ਮਿੰਟ ਬਾਅਦ ਤਾਂ ਵੈਦਰ ਇੱਥੇ ਚੇਂਜ ਹੁੰਦਾ। ਮਤਲਬ ਸਵੇਰੇ ਗਰਮੀ, ਸਵੇਰੇ ਗਰਮੀ ਹੁੰਦੀ ਹੈ ਅਤੇ ਫਿਰ ਸਵੇਰੇ ਠੰਡ ਵੀ ਹੁੰਦੀ। ਇਹ ਨਹੀਂ ਕਿ ਦੁਪਹਿਰੇ ਰਹਿਣ, ਕੁਛ ਨਹੀਂ ਪਤਾ। ਇੱਕ ਦਿਨ 'ਚ ਤਿੰਨ ਦਿਨ ਮੌਸਮ ਵੀ ਬਦਲੇ ਜਾ ਸਕਦੇ। ਚਲੋ ਜੀ, ਮੈਂ ਜਾ ਕੇ ਪਹਿਲਾਂ ਬੂਟ ਪਾਉਣੇ ਲਵੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਬੀਬੀ ਤਰਨ ਕੌਰ ਜੀ, ਆਹ ਉਹਨਾਂ ਦੇ ਹਸਬੈਂਡ ਹੈ ਜੀ, ਅਤੇ ਆਹ ਹੈਗੇ ਜੀ ਮੇਰੇ ਸਾਥੀ। ਚਲੋ, ਇਹ ਮੈਂ ਹੂੰ, ਇਹ ਮੇਰੇ ਸਾਥੀ ਹੈ। ਲਓ ਜੀ, ਆਹ ਪਹੁੰਚ ਗਏ ਹਾਂ ਜੀ ਅਸੀਂ ਸ਼ੋਰੂਮ ਲੈਸਟਰ, ਅਤੇ ਇਹ ਅਸੀਂ ਆਪਾਂ ਇੱਥੋਂ ਦੀ ਲਵਾਂਗੇ ਸ਼ੂਜ਼। ਯਾਰ ਜਦੋਂ ਆਪਾਂ ਕੀਰਤਨ 'ਤੇ ਆਉਂਦੇ ਤਾਂ ਕਿੰਨਾ ਟਾਈਮ ਲੱਗ ਜਾਂਦਾ ਇੱਥੇ ਪਹੁੰਚਣ ਨੂੰ? 15 ਮਿੰਟ 'ਚ ਲੈਸਟਰ ਆ ਗਿਆ। ਸ਼ੋਪਿੰਗ ਕਰਨਾ ਨਹੀਂ, ਹਾਂ ਕੀਰਤਨ ਵੇਲੇ ਸਾਨੂੰ ਟ੍ਰੈਫਿਕ ਮਿਲ ਜਾਂਦਾ, ਹੁਣ ਬਿਲਕੁਲ ਨਹੀਂ ਮਿਲਿਆ। ਸ਼ੋਪਿੰਗ ਵੇਲੇ ਨਾ ਇਹਨਾਂ ਨੇ ਕੋਈ ਰੋਡ ਲੱਗਦਾ ਖਾਲੀ ਰੱਖੀ ਹੁੰਦੀ, ਬੰਦੇ ਸ਼ੋਪਿੰਗ ਕਰਨ ਆ ਰਹੇ ਫੋਨ ਸੁਣ ਲੈਂਦੇ, ਐਕਸਟਰਾ ਫੈਸਿਲਿਟੀ ਦਿੰਦੇ ਆ, ਟ੍ਰੈਫਿਕ ਨਹੀਂ ਦਿੰਦੇ। ਚਲੋ, ਸ਼ੁਕਰ ਹੈ ਮਹਾਰਾਜ ਦਾ, ਟ੍ਰੈਫਿਕ ਨਹੀਂ ਮਿਲਿਆ। ਚਲੋ, ਇੱਥੇ ਕੀ ਕੀ ਹੈਗਾ? ਡਨਕਨ ਡੋਨਟਸ ਹੈਗਾ, ਸਕੈਚਸ ਹੈਗੇ, H&M, TK ਮੈਕਸ, ਮਾਈਕ। ਇੰਨੀ ਦੂਰੋਂ ਨਹੀਂ ਦਿਖਾਈ ਦੇਣਾ ਲੈਣਾ, ਉਹ ਮੈਂ ਵੈਸੇ ਦੱਸ ਰਿਹਾ, ਉਹ ਬੋਲ ਕੇ ਵੀ ਦੱਸਣਾ ਹੁੰਦਾ ਨਾ ਕੀ ਹੈਗਾ। ਗੋਪਰੋ ਤੋਂ ਬਣਾਉਣਾ ਨਾ ਤੇ ਜ਼ੂਮ ਨਹੀਂ ਮਿਲਣਾ ਤੁਹਾਨੂੰ ਇਹਦੇ ਵਿੱਚ। ਕੋਈ ਗੱਲ ਨਹੀਂ, ਆਪਾਂ ਹੱਥਾਂ ਨਾਲ ਜ਼ੂਮ ਕਰ ਛੱਡਣਾ। ਕੈਮਰਾ ਬੰਦ, ਉੱਪਰੋਂ ਉਹ ਬੰਦ ਕੀਤਾ ਹੋਇਆ। ਕੀ ਕਰਨ ਬੰਦ ਕੀਤਾ? ਆਹ ਚੱਕ ਮਾਈਕ, ਆਹ ਮਾਈਕ ਉੱਪਰ ਸਪੈਸ਼ਲ ਨਹੀਂ ਹੈਗਾ ਕੈਮਰੇ ਵਾਲਾ। ਉਹ ਤਾਂ ਨਹੀਂ, ਇੰਨੀ ਦੇਰ ਬਾਅਦ ਸਾਲਾਂ ਬੱਧੀ ਗੋਪਰੋ ਫੜਾਉਂਗੇ ਹੱਥ 'ਚ, ਤੇ ਇਹ ਕੁਛ ਹੀ ਹੋਣਾ ਇੱਦਾਂ 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 ਇੱਦਾਂ। ਨਹੀਂ, ਆਪਾਂ ਉਂਗਲ ਇੱਥੇ ਰੱਖਣੀ ਹੈ, ਬੰਦ ਵੀ ਕਰਨਾ ਪੈ ਸਕਦਾ ਕਿਸੇ ਵੇਲੇ ਵੀ, ਥੋੜ੍ਹੀ ਹਟਾ ਕੇ ਜ਼ਰੂਰ ਰੱਖ ਲਾਂਗੇ। ਆਏ ਨੇ ਬੀਬੀ ਜੀ, ਆ ਜਾਓ ਜਲਦੀ। ਅੱਜ ਬੱਦਲ ਬਣੇ ਹੋਏ ਹੈ, ਬਾਰਿਸ਼ ਪਏਗੀ, ਇਸ ਲਈ ਅਸੀਂ ਨਾ ਨਾਲ ਜੈਕਟਾਂ ਜ਼ਰੂਰ ਰੱਖ ਲੈਂਦੇ ਹੁੰਦੇ ਹਾਂ। ਸਾਨੂੰ ਪਤਾ ਵੀ ਇੱਥੇ ਨਾ ਵੈਦਰ ਦਾ ਕੋਈ ਭਰੋਸਾ ਨਹੀਂ ਹੈਗਾ। ਯਾਰ ਉਹ ਨੈਕਸਟ ਵੀ ਹੈਗਾ ਅੱਗੇ, ਉਹ ਕੱਪੜਿਆਂ ਦਾ ਹੁੰਦਾ ਨਾ, ਨੈਕਸਟ ਦਾ ਕੱਪੜਾ, ਨੈਕਸਟ ਕੱਪੜਿਆਂ ਦਾ ਹੁੰਦਾ ਨਾ, ਪਰ ਆਪਾਂ ਜਾ ਰਹੇ ਹਾਂ ਸਕੈਚਰਸ ਦੇ। ਉਹ ਰਿਹਾ ਸਕੈਚਰ, ਪਾਰਕਿੰਗ ਸਾਰੀ ਭਰੀ ਪਈ ਹੈ ਇੱਥੇ ਨਾ, ਸਾਰੇ ਇੱਥੇ ਬ੍ਰਾਂਡਸ ਹੈਗੇ ਨਾ, ਤਾਂ ਕਰਕੇ ਮੈਨੂੰ ਲੱਗਦਾ। ਹਾਂ, ਇਹ ਥੋੜ੍ਹਾ ਜਿਹਾ ਲੈਸਟਰ, ਲੈਸਟਰ ਥੋੜ੍ਹਾ ਜਿਹਾ ਵੱਡਾ ਸ਼ਹਿਰ ਆ ਜਾਂਦਾ ਨਾ, ਇਸ ਕਰਕੇ ਕੀ ਇਹਨਾਂ ਦਾ ਖਾਸ ਕੀ ਹੈ? ਆਹ ਥੰਮ ਜਿਹੜੇ ਆ, ਇਹ ਤਾਂ ਕੁਛ ਵੀ ਨਹੀਂ ਹੈ। ਮੈਂ ਕਿਹਾ ਸਰ ਇਹ ਸੱਚੀ ਜੜ ਹੈਗੀ ਇਹਨਾਂ ਦੀ ਅੰਦਰੋਂ ਲੋਹਾ? ਇਹ ਤਾਂ ਮਜ਼ਾਕ ਕਰਦਾ ਸੁਖੇ, ਮੈਂ ਤਾਂ ਦਰਖਤ ਸਮਝਣ ਡਿਆ ਸੀਗਾ। ਮੈਂ ਕਿਹਾ ਸਾਹਮਣੇ ਦਿਖਾਉਣਾ ਸੀ ਨਾ, ਨਹੀਂ ਹੁਣ ਦੇਖੀ, ਹੁਣ ਆਊਗਾ ਬਲੌਗ 'ਚ। ਉਧਰ ਆ ਜਾਓ,
ਆ ਲੈ ਰਿਹਾ ਤੂੰ ਨਹੀਂ ਆਏ ਮੇਰੇ ਕੋ ਹੈਗੇ ਆ ਲੈ ਕੇ ਸਾਨੂੰ ਦੇ ਰਿਹਾ ਦੇਖੀ ਆਪਣੇ ਜਾ ਰਿਹਾ ਵੀਰੇ ਭੁਲੇਖਾ ਲੱਗ ਗਿਆ ਤੁਸੀਂ ਉਹ ਚੈੱਕ ਕਰੋ झाती मारो ਪਚਾਸੀ ਪਾਉਂਡ ਦਾ ਹਾਂ ਸਾਰਿਆਂ ਤੇ ਹੈ ਕੁਛ ਨਾ ਕੁਛ 60 ਦਾ ਲੱਗਾ ਹੈ ਇਹ ਠੀਕ ਹੈ ਹਾਂ ਦੇਖੋ 70 ਦਾ 48 ਦਾ ਕਮਾਲ ਦੀ ਗੱਲ ਤਾਂ ਇਹ ਹੈ ਵੀ ਸਕੈਚਰਸ ਦੇ ਸ਼ੋਰੂਮ 'ਚ ਆ ਕੇ ਵੀ ਸਾਨੂੰ ਨਾ ਬੂਟ ਪਸੰਦ ਨਹੀਂ ਆ ਰਿਹਾ ਤੁਸੀਂ ਪਤਾ ਕਿਹੜੀ ਕਹਿ ਰਹੇ ਹੋ ਤੁਸੀਂ ਇਹਦੇ ਨਾਲ ਦਾ ਕਹਿ ਰਹੇ ਹੋ ਇੱਦਾਂ ਹਾਂ ਕਹਿ ਰਹੇ ਕੁਛ ਇੱਦਾਂ ਨਹੀਂ ਉਹ ਜਿਹੜਾ ਮਾਡਲ ਮੈਂ ਦੇਖਿਆ ਸੀ ਨਾ ਮਿੱਕੀ ਮਤਲਬ ਹੈ ਇੱਦਾਂ ਹੀ ਆ ਜਿੱਦਾਂ ਦਾ ਤੁਸੀਂ ਪਾਇਆ ਨਾ ਕਹਿ ਰਹੇ ਜਿਹੜਾ ਉਹ ਉੱਪਰ ਤੱਕ ਇੱਦਾਂ ਆਹ ਵੀ ਵਾਲਾ ਮਾਡਲ ਹੁੰਦਾ ਪਰ ਇੱਥੇ ਹੈ ਨਹੀਂ ਗਾ ਇਹਨਾਂ ਕੋਲ ਇਹਨਾਂ ਕੋਲ 2-3 ਮਾਡਲ ਨਹੀਂ ਹੈਗੇ ਮਿੱਕੀ ਇੰਡੀਆ ਵਿੱਚ ਜਿਹੜੇ ਮਾਡਲ ਨਵੇਂ ਲਾਂਚ ਹੋਏ ਨੇ ਨਾ ਹਾਂਜੀ ਉਹ ਮਾਡਲ ਇਹਨਾਂ ਕੋਲ ਹੈ ਹੀ ਨਹੀਂ ਉਹ ਇੰਡੀਆ ਦੇ ਹਿਸਾਬ ਨਾਲ ਲੱਗਦਾ ਇਹਨਾਂ ਕੋਲ ਨਹੀਂ ਹੈ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਕਿੱਧਰ ਗਿਆ ਉਹ ਐਡੀ ਵੱਡੇ ਸ਼ੋਰੂਮ ਇਹ ਸਿਰਫ ਸਕੈਚਰ ਦਾ ਹੈਗਾ ਤਾਂ ਵੀ ਨਹੀਂ ਸਾਨੂੰ ਮਿਲ ਰਹੇ ਚਲੋ ਦੇਖਦੇ ਹਾਂ ਆਪਾਂ ਸਪੋਰਟ ਡਾਇਰੈਕਟਰ ਜਾਂਦੀ ਇੱਕ ਵਾਰੀ ਚਲੋ ਚਲੋ ਸਿਮਰਨ ਇੱਕ ਵਾਰ ਉੱਧਰ ਚਲੋ ਮਹਾਰਾਜ ਉੱਥੇ ਦੇਖਦੇ ਹਾਂ ਇੱਕ ਵਾਰੀ ਜਾਂਦੇ ਹਾਂ ਜੀ ਉੱਧਰ ਸਪੋਰਟਸ ਡਾਇਰੈਕਟ ਦੇ ਉੱਥੇ ਦੇਖਦੇ ਹਾਂ ਕਿ ਸ਼ਾਇਦ ਇਹਨਾਂ ਕੋਲੋਂ ਲੇਟੈਸਟ ਬਏ ਹੋਣ ਕੁਛ ਨਹੀਂ ਪਤਾ ਹੁੰਦਾ ਅਗਲੇ ਨਾਲ ਬੈਠੇ ਕੰਪੀਟੀਸ਼ਨ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਸਕੈਚਰ ਉੱਥੋਂ ਹੀ ਪਸੰਦ ਆਣਾ ਹਾਂ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜੇ ਜਲੇਬੀ ਵਾਲਾ ਮੇਨ ਹੈਗਾ ਤਾਂ ਜੇ ਮੇਨ ਵਾਲੇ ਦੇ ਸਵਾਲ ਲੱਗਣੀ ਹੈ ਨਾਲ ਵਾਲੇ ਦੇ ਲੋਕਲ ਦੀ ਵੀ ਸਵਾਲ ਲੱਗ ਸਕਦੀ ਲਓ ਜੀ ਆ ਗਏ ਹਾਂ ਜੀ ਸਕੈਚਰਸ ਦੇ ਇੱਥੇ ਦੇਖਦੇ ਹਾਂ ਆਪਾਂ ਸੋਰੀ ਸਪੋਰਟਸ ਡਾਇਰੈਕਟ ਦੇ ਨਹੀਂ ਨਹੀਂ ਇਹ ਵੀਰੇ ਇੱਥੇ ਨਹੀਂ ਆਪਾਂ ਮੈਂ ਬਾਤ ਕਹਿ ਸਕਦਾ ਇਹ ਆਪਾਂ ਦੇਖਦੇ ਹਾਂ ਹੁਣ ਸਕੈਚਰਸ ਕਿੱਥੇ ਆ ਇਹ ਤਾਂ ਸਪੋਰਟਸ ਡਾਇਰੈਕਟ ਹੀ ਨਾ ਇਹ ਮਹਿੰਗੇ ਵਾਲੇ ਆ ਮਹਾਰਾਜ ਕੀ ਮਹਿੰਗਾ ਨਹੀਂ ਇਹ ਮਤਲਬ ਆਪਾਂ ਨੂੰ ਪਸੰਦ ਨਹੀਂ ਹੈ ਆਹ ਦੇਖ ਆਹ ਉੱਪਰ ਹੀ ਆ ਸਪੋਰਟਸ ਡਾਇਰੈਕਟ ਆਪਾਂ ਕਿਤੇ ਹੋਰ ਹੀ ਚੱਲ ਗਏ ਸੀਗੇ ਸਪੋਰਟਸ ਡਾਇਰੈਕਟ ਉੱਪਰ ਹੈ ਅੰਦਰ ਲੱਗ ਨਹੀਂ ਰਿਹਾ ਸੀ ਉੱਥੇ ਆ ਗਏ ਹਾਂ ਉਹ ਲੱਗ ਵੀ ਨਹੀਂ ਰਿਹਾ ਸੀਗਾ ਉਹ ਚਲੋ ਦੇਖਦੇ ਹਾਂ ਕੁਛ ਨੀ ਪਤਾ ਐਡੀਡਾਸ ਵੀ ਦੇਖ ਸਕਦੇ ਹਾਂ ਬੂਟ ਹੀ ਪਾਣੇ ਆਪਾਂ ਲਓ ਜੀ ਸਕੈਚਰ ਪਹੁੰਚ ਗਏ ਹੋਏ ਆ ਪਰ ਮੈਨੂੰ ਨਜ਼ਰ ਇੱਥੇ ਵੀ ਨਹੀਂ ਆ ਰਹੇ ਬੂਟ ਜਿਹੜੇ ਮੈਨੂੰ ਚਾਹੀਦੇ ਆ ਪਾ ਕੇ ਦੇਖ ਤੇਰੇ ਸਾਈਜ਼ ਦਾ ਇੱਕ ਵਾਰੀ ਪਾ ਯਾਰ ਉਹ ਬੂਟ ਕਿੱਧਰ ਗਏ ਸਾਰੇ ਲੇਸਿਸ ਵਾਲੀ ਕਿਉਂ ਕਰਤੇ ਇਹਨਾਂ ਨੇ ਨਹੀਂ ਥੋੜ੍ਹੀ ਜਿਹੀ ਹੋ ਰਹੀ ਹੈ ਹਾਂਜੀ ਕੀ ਕਰ ਰਹੀ ਮੈਂ ਕਿਹਾ ਬਾਹਰੋਂ ਸ਼ੂਜ਼ ਲੈਣ ਦਾ ਇੱਕ ਬਹੁਤ ਵੱਡਾ ਫਾਇਦਾ ਆ ਤੁਹਾਨੂੰ ਹਾਫ ਸਾਈਜ਼ ਮਿਲ ਜਾਂਦਾ ਹਾਫ ਸਾਈਜ਼ ਮਿਲ 8.5-9 ਮਿਲ ਜਾਂਦਾ ਤੁਹਾਨੂੰ ਹਾਂ 8.5 ਇੱਦਾਂ ਦੇ ਸਾਈਜ਼ ਮਿਲ ਜਾਂਦੇ ਆ 8.5-9 ਦੇਖੋ ਨਾ ਆਹ ਦੇਖੋ 8.5 ਸਾਈਜ਼ ਸਾਨੂੰ ਇੱਕ ਨੰਬਰ ਹੀ ਚਾਹੀਦਾ 6.5 ਵੀ ਹੈਗਾ 6.5 ਹੁਣ ਇਹਦਾ ਅਮਨਜੋਤ ਦਾ ਸਾਈਜ਼ ਜਿਹੜਾ ਹੈਗਾ ਇਹ 8.5 ਹੈ ਹਨਾ 8.5 ਐਕਚੁਅਲ ਸਾਈਜ਼ ਆ ਹਾਂ ਤੇ ਜੇ ਮੈਂ ਇੰਡੀਆ ਤੋਂ ਲਾਉਂ ਫਿਰ 9 ਚਲਾਉਣਾ ਪੈਂਦਾ ਥੋੜਾ ਜਿਹਾ ਧੱਕੇ ਨਾਲ ਕਿੱਦਾਂ ਮਤਲਬ ਉਹ ਤਾਂ ਖੁੱਲਾ ਹੈਗਾ ਜਾਂ 7 ਦਿਖਾ ਦਿਓ 7 ਥੋੜੀ ਮੋਟੀ ਸੌਕਸ ਪਾ ਲੀਆਂ ਜਾਂ ਖੁੱਲਾ ਪਾ ਲਿਆ 7 ਦਿਖਾਇਓ ਇੱਕ ਵਾਰੀ 7 ਥੋੜਾ ਜਿਹਾ ਟਾਈਟ ਲੱਗਦਾ ਮੈਨੂੰ ਥੋੜਾ ਟਾਈਟ ਲੱਗਦਾ ਟਾਈਟ ਆ ਦੇਖੋ ਅੱਗੋਂ ਨਾ ਪੈਰ ਇਹਨਾਂ ਨੂੰ ਤਾਂ ਪਸੰਦ ਆ ਗਏ ਆ ਮੈਨੂੰ ਲੱਗਦਾ ਮੈਨੂੰ ਪਸੰਦ ਨਹੀਂ ਆਣੇ ਅੱਜ ਸਕੈਚਰਸ ਦੇ ਨਾ
ਹਾਂਜੀ ਮੈਨੂੰ ਵੀ ਠੀਕ ਹੈ ਠੀਕ ਹੈ ਨਾ ਸੋਹਣੇ ਆ ਅੱਛੇ ਲੱਗ ਰਹੇ ਆ ਲੱਗ ਰਹੇ ਆ ਕੋਈ ਨਹੀਂ ਹੈ ਆ ਸੇਮ ਸਾਈ ਅੱਛੇ ਕੱਟ ਮੈਨੂੰ ਨਾ ਲੇਸਿਸ ਡਿਜ਼ਾਈਨ ਵਾਲੇ ਨਹੀਂ ਚਾਹੀਦੇ ਤੁਹਾਨੂੰ ਅੱਛੇ ਹੈ ਜੇ ਤੁਹਾਨੂੰ ਹਾਂ ਮੈਂ ਮੈਨੂੰ ਪਰ ਮੇਰੀ ਪ੍ਰੈਫਰੈਂਸ ਕੁਝ ਹੋਰ ਹੈ ਮੈਂ ਦੇਖਦਾ ਮੈਨੂੰ ਲੱਗਦਾ ਮੈਨੂੰ ਸ਼ਾਇਦ ਇੱਥੇ ਪਸੰਦ ਨਹੀਂ ਆਣੇ ਇੰਡੀਆ ਤੋਂ ਲੈਣੇ ਪੈਣੇ ਇੰਡੀਆ ਤੋਂ ਲਵਾਂਗਾ ਫਿਰ ਠੀਕ ਹੈ ਜੀ ਦੇਖਿਓ 7 ਹੈ ਨਾ ਯੈਸ ਮੈਂ ਉਹਨਾਂ ਨੂੰ ਕਹਿ ਦਿਆਂ ਥੋੜਾ ਜਿਹਾ ਸਾਈਜ਼ ਕੱਟ ਕਟਾ ਦੇਵਾਂ ਇਹਦੇ ਚੋਂ ਨਹੀਂ ਤਾਂ ਮਾੜਾ ਮੋਟਾ ਜਿਹਾ ਸਵਾ ਸਵਾ ਚਾਹੀਦਾ ਨਹੀਂ ਜੇ ਆਪਣਾ ਸਰ ਗਿਆ ਤਾਂ ਠੀਕ ਹੈ ਕੋਈ ਨਹੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਵੀ ਇਹਦੇ 'ਚ ਕੁਛ ਕਾਗਜ਼ ਕੂਜ ਹੋਰ ਪਾ ਦਿਓ ਮੈਂ ਨਹੀਂ ਯਾਰ ਇਹ ਲੈਣ ਬੂਟ ਆਇਆ ਤੂੰ ਪਾ ਜੈਕਟ ਲਈ ਕਾਲੀ ਬੂਟ ਲੱਭੇ ਨਹੀਂ ਆਪਾਂ ਕਾਲੀ ਜੈਕਟ ਚਾੜ ਲਈ ਅਸੀਂ ਬੂਟ ਸਾਨੂੰ ਬੂਟ ਪਸੰਦ ਤਾਂ ਆਏ ਨਹੀਂ ਹੈ ਇਹਨੂੰ ਆ ਗਏ ਬੂਟ ਪਸੰਦ ਇੰਨੇ ਲੈ ਲਏ ਆ ਮੈਨੂੰ ਆ ਗਏ ਅਤੇ ਸਾਨੂੰ ਬੂਟ ਨਹੀਂ ਪਸੰਦ ਆਏ ਸੋ ਅਸੀਂ ਜੈਕਟ ਵਾਲੇ ਪਾਸੇ ਆਏ ਅਤੇ ਮੈਨੂੰ ਇੱਕ ਆਹ ਜੈਕਟ ਪਸੰਦ ਆਈ ਹੈ ਪਤਲੀ ਜੀ ਹੈ ਆਹ ਜੈਕਟ ਲੈ ਲਈ ਹੈ ਇਹ ਤੁਹਾਨੂੰ ਪਾ ਕੇ ਦਿਖਾਵਾਂ ਮੈਂ ਇਹ ਐਕਸਲ ਹੈ ਨਾ ਪਤਾ ਨਹੀਂ ਭਾਅ ਜੀ ਵਾਲੀ ਹੈ ਕਿ ਮੇਰੀ ਵਾਲੀ ਇਹ ਐਕਸਲ ਹੀ ਸੀਗੀ ਇੱਕ ਮਿੰਟ ਆਹ ਨਹੀਂ ਉੱਪਰ ਕਿਹੜੀ ਪਈ ਸੀ ਆਹ ਪੜ੍ਹ ਜਿਹੜਾ ਮੈਂ ਪਾ ਕੇ ਦਿਖਾਵਾਂ ਇਹ ਥੋੜ੍ਹੀ ਜਿਹੀ ਪਤਲੀ ਚਾਹੀਦੀ ਸੀਗੀ ਮੈਨੂੰ ਅਤੇ ਮੈਂ ਕਿਹਾ ਇਹ ਲਾ ਲੈਂਦੇ ਹਾਂ ਥੋੜ੍ਹਾ ਜਿਹਾ ਮੋਢਾ ਦੁਖਦਾ ਸੋਰੀ ਇਸ ਲਈ ਮੈਂ ਉਹਨੂੰ ਸੰਭਲ ਕੇ ਪਾਉਂਦਾ ਸੋ ਆਹ ਲਈ ਹੈ ਜੀ ਮੈਂ ਨਾਈਸ ਹੈ ਨਾ ਥੋੜ੍ਹਾ ਜਿਹਾ ਪਤਲਾ ਜਿਹਾ ਸਟੱਫ ਵੀ ਚਾਹੀਦਾ ਸੀਗਾ ਵੀ ਜਦੋਂ ਠੰਡ ਥੋੜ੍ਹੀ ਘੱਟ ਹੋਵੇ ਨਾ ਉਹਦੇ ਵਾਸਤੇ ਅਤੇ ਸੋ ਲੈ ਲਈ ਹੈ ਮੈਂ ਵੀ ਲੈ ਲਈ ਹੈ ਅਤੇ ਮਿੱਕੀ ਨੇ ਵੀ ਲੈ ਲਈ ਹੈ ਚਲੋ ਜੀ ਮੈਂ ਪਰ ਨਹੀਂ ਤਾਂ ਲੈ ਲਈ ਹੈ ਅਜੇ ਨਹੀਂ ਮੰਨੇ ਭਾਜੀ ਇੱਦਾਂ ਨਹੀਂ ਉਹ ਦੋ ਇਕੱਠੀਆਂ ਲਓ ਅਤੇ ਲੈਸ ਮਿਲਦੀ ਹੈ ਹੁਣ ਮੁੱਕਰਦਾ ਪਿਆ ਹੈ ਸਾਧ ਸਿੰਘ ਜੀ ਨਹੀਂ ਨਹੀਂ ਚਲੋ ਇਹ ਬੰਦਾ ਹੁਣ ਮੁੱਕਰਨ ਲੱਗ ਜ਼ਰੂਰ ਲਵਾਂਗਾ ਪਰ ਮੈਨੂੰ ਇਹਦਾ ਵੀ ਕੁਛ ਇਰਾਦਾ ਠੀਕ ਲੱਗ ਰਿਹਾ ਇਹ ਵੀ ਅੱਛੀ ਲੱਗਦੀ ਇਹ ਮਤਲਬ ਕੂਲੈ ਛੱਡੋ ਬਾਹਰ ਵਾਲੀ ਚੀਜ਼ ਹੈ ਲੈ ਛੱਡੋ ਬਹੁਤ ਠੰਡ ਹੋਵੇ ਨਾ ਉਹਦੇ ਨਹੀਂ ਠੀਕ ਠੰਡ ਵਾਸਤੇ ਹੈ ਨਹੀਂ 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 ਇਹ ਕੋਈ ਮਾਈਨਸ ਵਾਲਾ ਨਹੀਂ ਹੈ ਹਾਂਜੀ ਨਹੀਂ ਫੇਸ ਦੇਖਿਓ ਪਹਿਲਾਂ ਕੁਛ ਕੁਛ ਨਜ਼ਰ ਆ ਰਿਹਾ ਮੈਂ ਇੱਕ ਆਹ ਲਈ ਹੈ ਕਿਉਂਕਿ ਧੁੱਪ ਬਹੁਤ ਹੁੰਦੀ ਕਈ ਵਾਰੀ ਬਾਹਰ ਮੈਨੂੰ ਲੋੜ ਪੈਂਦੀ ਹੈ ਮੈਂ ਕਿਹਾ ਵਾਕ ਵੂਕ 'ਤੇ ਜਾਣਾ ਹੁੰਦਾ ਨਾ ਅਤੇ ਇਹ ਠੀਕ ਹੈ ਨਹੀਂ ਸੋਹਣੇ ਲੱਗ ਰਹੇ ਨਹੀਂ ਨਹੀਂ ਟਾਈਮ ਬਸ ਜਦ ਧੁੱਪ ਹੋਵੇ ਉਦੋਂ ਠੀਕ ਹੈ ਪਰ ਤੂੰ ਆਪਣਾ ਦਿਖਾਉਣਾ ਇਹ ਲਏ ਆ ਜੀ ਸ਼ੂਜ਼ ਅਤੇ ਇਹਨਾਂ ਦੋਨਾਂ ਨੇ ਲੈ ਲਏ ਸ਼ੂਜ਼ ਸਕੈਚਰਸ ਦੇ ਅਤੇ ਪਲੱਸ ਜੈਕਟਸ ਜਿਹੜੀਆਂ ਤੁਹਾਨੂੰ ਦਿਖਾਈਆਂ ਉਹ ਲੈ ਲਈਆਂ ਚਲੋ ਚਲਦੇ ਹਾਂ ਚਲੋ ਜੀ ਸ਼ੋਪਿੰਗ ਹੋ ਗਈ ਹੁਣ ਚਲੀਏ ਘਰ ਵਾਪਸ ਹਾਂਜੀ ਹੁਣ ਕੀ ਹੋ ਗਿਆ ਫਿਰ ਦੁਬਾਰਾ ਆ ਗਏ ਸਕੈਚਰ ਦੇ ਥੋੜ੍ਹਾ ਨਾ ਮੈਂ ਇਹ ਵੀ ਚੰਗੀ ਗੱਲ ਹੋ ਗਈ ਕਿ ਮੈਂ ਇੱਥੋਂ ਪਾ ਕੇ ਗਿਆ ਸੀਗਾ ਥੱਲੇ ਜਾ ਕੇ ਮੈਨੂੰ ਟਾਈਟ ਲੱਗਣ ਲੱਗ ਪਿਆ ਇਹ ਨਾ ਜਿਹੜੇ ਨੰਬਰ ਲੈ ਕੇ ਗਿਆ ਨਾ ਇਹਨੂੰ ਥੱਲੇ ਥੋੜ੍ਹੇ ਟਾਈਟ ਲੱਗਣ ਲੱਗ ਪਏ ਸੀਗੇ ਅਤੇ ਹੁਣ ਅੱਧਾ ਨੰਬਰ ਇਹ ਵੱਧ ਲਿਆ ਪਹਿਲਾਂ 8.5 ਨੰਬਰ ਲਿਆ ਸੀਗਾ ਹੁਣ 9 ਨੰਬਰ ਲੈ ਚੱਲਿਆ ਦੁਬਾਰਾ ਮੈਨੂੰ ਇਹ ਮਹਿਸੂਸ ਹੋ ਰਿਹਾ ਹੋ ਗਿਆ ਨਾ ਵੀ ਹੁਣ ਪਤਾ ਲੱਗ ਗਿਆ ਜ਼ਿਆਦਾ ਵਧੀਆ ਚਲੋ ਹੁਣ ਦੁਬਾਰਾ ਚੇਂਜ ਕਰੇਗਾ ਜੀ ਇਹ ਹੁਣ ਦੇਖੋ ਕਾਊਂਟਰ ਵਾਲੇ ਕੋਈ ਜ਼ਿਆਦਾ ਉਹ ਨਾ ਕਰਨ ਨਖਰੇ ਪਰ ਕਰਦੇ ਨਹੀਂ ਹੁੰਦੇ ਇੱਦਾਂ ਨਹੀਂ ਹਜੇ ਅਸੀਂ ਕਿਹੜਾ ਬਾਹਰ ਨਿਕਲੇ ਭਾਜੀ ਹਾਂ ਬਿੱਲ ਆਪਣੇ ਕੋਲ ਆ ਚਲੋ ਆ ਜਾਓ ਹਾਂ ਚਲੋ ਹੋ ਗਿਆ ਜੀ ਥੈਂਕ ਯੂ ਬਿਨਾਂ ਨਖਰੇ ਤੋਂ ਮਾਰਾ ਚੇਂਜ ਕਰਦਾ ਚਲੋ ਥੈਂਕ ਯੂ ਸੋ ਮੱਚ ਚਲੋ ਜੀ ਚਲੋ ਜੀ ਹੋ ਗਿਆ ਹੁਣ ਆਪਾਂ ਚੱਲਦੇ ਹਾਂ ਦੁਬਾਰਾ ਪੈਕ ਹੁਣ ਖੁਸ਼ ਹੈ ਪੂਰਾ ਖੁਸ਼ ਚਲੋ ਮੈਂ ਦੌੜਨ ਲਈ ਖੁਸ਼ ਹਾਂ ਚਲੋ ਅਮਨਜੋਤ ਸਿੰਘ ਖੁਸ਼ ਹੋ ਗਿਆ ਜੀ ਸਾਡਾ ਹੁਣ ਚੱਲਦੇ ਹਾਂ ਆਪਾਂ ਬਾਹਰ ਨੂੰ ਇਹਨਾਂ ਨੇ ਬਾਹਰ ਦਾ ਰਸਤਾ ਵੀ ਇਹ ਦਿਖਾਇਆ ਹੋਇਆ ਵੀ ਇੱਥੋਂ ਕੁਛ ਨਾ ਕੁਛ ਖਰੀਦਦਾਰੀ ਕਰ ਲਓ ਸਿੱਧਾ ਬਾਹਰ ਨਹੀਂ ਜਾਣ ਦਿੰਦੇ ਲਓ ਆਹ ਮੁੰਡਾ ਹੁਣ ਨਾਈਕ ਦੇ ਸ਼ੋਰੂਮ 'ਚ ਵੜ ਗਿਆ ਉਂਗਲ ਵਾਸਤੇ ਠੀਕ ਹੈ ਭਾਜੀ ਠੀਕ ਹੈ ਆ ਸ਼ੋਪਿੰਗ ਕਰਨ ਆਏ ਦੇਖੋ ਉਂਗਲਾਂ ਵਾਸਤੇ ਬੂਟ ਲੈਣ ਆਏ ਭਾਜੀ ਤੁਸੀਂ ਲਾਓ ਨਾ ਮਾਮਾ ਜੀ ਤੁਹਾਡੀਆਂ ਯੂਜ਼ ਹੁੰਦੀਆਂ ਜਾ ਹਾਏ ਜੀ ਓਏ ਹੋਏ 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 ਇੱਧਰ ਦੇਖੋ ਤੁਸੀਂ ਮਾਡਲ ਉਹ ਕੀ ਬਾਤ ਹੈ ਯਾਰ ਕਾਰ ਹੀ ਬਣਾਈ ਹੋਈ ਦੇਖੋ ਨਿੱਕੇ ਨਿੱਕੇ ਹੱਥ ਹੱਥ ਦੇ ਵਿੱਚ ਵੀ ਇੰਨੇ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮ ਦਾ ਵੇਲਾ ਹੈ ਡਿਨਰ ਕਰ ਲਿਆ ਸੀ ਕਿੰਨਾ ਟਾਈਮ ਹੋਇਆ ਟਾਈਮ ਹੋਇਆ 9 ਵਜੇ ਦੇਖੋ 9 ਵਜੇ ਲੱਗਦਾ 9 ਵਜੇ ਸੋ ਅਸੀਂ ਚੱਲੇ ਹਾਂ ਸੈਰ 'ਤੇ ਅਸੀਂ ਅੱਜ ਸ਼ੋਪਿੰਗ ਦਾ ਦਿਨ ਸੀਗਾ
ਤੇ ਆ ਜੈਕਟ ਲਈ ਮੈਂ ਆ ਦੇਖੋ ਜੀ ਵਾਹ ਵਾਹ ਇਹ ਥੋੜੀ ਜਿਹੀ ਪਤਲੀ ਹੈ ਹਵਾ ਉਹ ਰੋਕ ਦਿੰਦੀ ਹੈ ਜਿਆਦਾ ਭਾਰੀ ਭਾਈ ਗਰਮੀ ਲੱਗਦੀ ਸੀਗੀ ਮੈਂ ਸੋਚਿਆ ਵੀ ਆਹ ਠੀਕ ਹੈ ਹਨਾ ਤੇ ਕਰਿਓ ਪਾਸ ਤੁਸੀਂ ਤੇ ਬਾਕੀ ਆਹ ਬੂਟ ਲਏ ਮੈਂ ਇਹ ਬੂਟ ਲਏ ਜੀ ਇਹਨੇ ਐਕਚੁਅਲੀ ਬੂਟ ਮੈਂ ਵੀ ਲੈਣੇ ਸੀਗੇ ਬਟ ਮੇਰੇ ਨਾਪ ਦੇ ਮਿਲੇ ਨਹੀਂ ਗਏ ਉਹ ਮਿਲਦੇ ਸੀਗੇ 9 ਨੰਬਰ ਦੇ ਮੇਰਾ ਸੀਗਾ 10 ਨੰਬਰ ਯੂਕੇ ਉਹ ਇੱਥੇ ਉਹ 9 ਨੰਬਰ ਤੇ ਗੱਡੀ ਅੜ ਗਈ ਸਾਡੀ ਪਰ ਉਹ ਪੂਰੇ ਨਹੀਂ ਆਉਂਦੇ ਸੀਗੇ ਇਸ ਲਈ ਮੈਂ ਛੱਡਤੇ ਮੇ ਵੀ ਅੱਗੇ ਕਿਤੇ ਮਿਲ ਜੂਗਾ ਹਾਂ ਜਿਹੜੇ ਪਸੰਦ ਸੀਗੇ ਉਹ ਹਾਂ ਜਿਹੜੇ ਪਸੰਦ ਸੀਗੇ ਉਹ ਨਹੀਂ ਮਿਲੇ ਬਾਕੀ ਹੋਰ ਤਾਂ ਬਹੁਤ ਪਏ ਸੀਗੇ ਹਾਂਜੀ ਆਹ ਵੀ ਚਲੀ ਜੀ ਮਾਰਕ ਪਹੁੰਚ ਗਏ ਹਾਂ ਪਾਰਕ ਦੇ ਵਿੱਚ ਭਾਈ ਗਦਨਦੀਪ ਸਿੰਘ ਜੀ ਇੱਥੇ ਹੁਣ ਲਾਵਾਂਗੇ ਇੱਕ ਗੇੜਾ ਪੂਰਾ ਪਾਰਕ ਦਾ ਆਲਮੋਸਟ ਇੱਕ ਘੰਟਾ ਲੱਗਦਾ ਇਹਨੂੰ ਪੂਰਾ ਕਵਰ ਕਰਨ 'ਚ ਸੋ ਇੱਕ ਘੰਟੇ 'ਚ ਇੱਕਦਮ ਖਾਧਾ ਪੀਤਾ ਜੇ ਤੁਸੀਂ ਡਿਨਰ ਤੋਂ ਬਾਅਦ ਤੁਰਦੇ ਫਿਰਦੇ ਹੋ ਵਾਕ ਕਰਦੇ ਹੋ ਇੱਕਦਮ ਡਾਈਜੈਸਟ ਹੋ ਜਾਂਦਾ ਜੋ ਵੀ ਤੁਸੀਂ ਖਾਧਾ ਹੋਵੇ ਆਓ ਚਲੀਏ ਜੀ ਫਿਰ ਹਰ ਵਾਰੀ ਆਈ ਦਾ ਹਰ ਵਾਰੀ ਇਹ ਪਾਰਕ ਨਾ ਬੜਾ ਸੋਹਣਾ ਲੱਗਦਾ ਹੈ ਜੀ ਸੋਹਣਾ ਮਾਰਾ ਮਾਲ ਆ ਨਾ ਆ ਦੇਖੋ ਕਾਂ ਬੈਠੇ ਹੋਏ ਨੇ ਕਿੱਦਾਂ ਐਨ ਟਸ ਮਸ ਨਹੀਂ ਹੋ ਰਹੇ ਅਤੇ ਆ ਐਂ ਅਲੱਗ ਤੁਰਿਆ ਫਿਰਦਾ ਪਤਾ ਨਹੀਂ ਇਹ ਲੱਗਦਾ ਬਣਦੀ ਨਹੀਂ ਆਉਂਦੀ ਇਹ ਅਲੱਗ ਧੜਾ ਬਣਾਈ ਬੈਠਾ ਆਪਣਾ ਚਲੋ ਵਾਹ